ਮਾਸਟਰ ਕੇਡਰ ਯੂਨੀਅਨ ਚੈਨਲ 'ਤੇ ਤੁਹਾਡਾ ਸਵਾਗਤ ਹੈ। ਵੀਡੀਓ 'ਚ ਗੱਲ ਕਰਾਂਗੇ ਅੱਜ ਜੋ ਮਾਸਟਰ ਕੇਡਰ 41 ਕਾਟ ਦੀ ਸਕਰੂਟਨੀ ਹੋ ਰਹੀ ਹੈ ਤਾਂ ਉਹਦੇ ਵਿੱਚ ਸਾਇੰਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿੰਨੇ ਕੈਂਡੀਡੇਟਸ ਆ ਜਿਹੜੇ ਨਵੇਂ ਉਹ ਐਡ ਹੋਏ ਨੇ ਸਕਰੂਟਨੀ ਲਈ। ਟੋਟਲ ਕੈਟਾਗਰੀ ਵਾਈਜ਼ ਆਪਾਂ ਸਾਰੀ ਇਸੇ ਦੇ ਬਾਰੇ ਤੁਹਾਨੂੰ ਡਿਟੇਲ 'ਚ ਦੱਸਾਂਗੇ। ਆਪਣੇ ਕੋਲ ਜਿਹੜੀਆਂ ਲਿਸਟਾਂ ਨੇ ਉਹ ਪਹੁੰਚ ਚੁੱਕੀਆਂ ਨੇ। ਤੁਸੀਂ ਡਿਟੇਲ ਸੁਣਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਕਿ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਅਪਡੇਟਸ ਤੁਹਾਡੇ ਤੱਕ ਸਾਰੀਆਂ ਆਪਾਂ ਲੈ ਕੇ ਆਉਂਦੇ ਰਹੀਏ। ਗੱਲਬਾਤ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਾਇੰਸ ਵਿਸ਼ੇ ਬਾਰੇ ਤੁਹਾਨੂੰ ਦੱਸਦੇ ਹਾਂ ਕਿ ਇਹਦੇ ਵਿੱਚ ਟੋਟਲ 2 ਪੇਜ ਜਿਹੜੇ ਲਿਸਟਾਂ ਅੱਜ ਬਣੀਆਂ ਨੇ ਉਹਨਾਂ 2 ਲਿਸਟਾਂ ਦੇ ਵਿੱਚ ਜੇਕਰ ਆਪਾਂ ਓਪਨ ਦੀ ਗੱਲ ਕਰੀਏ ਤਾਂ ਓਪਨ ਦੇ ਵਿੱਚ 1 ਨੰਬਰ ਤੋਂ ਲੈ ਕੇ ਵੀਨਾ ਰਾਣੀ ਫਸਟ ਕੈਂਡੀਡੇਟ ਆ ਜਿਹੜੇ ਨਵੇਂ ਐਡ ਹੋਏ ਆ 87 ਨੰਬਰ 1 ਤੋਂ ਲੈ ਕੇ 24 ਨੰਬਰ ਤੱਕ, ਯਾਨੀ ਕਿ 24 ਕੈਂਡੀਡੇਟ ਆ ਜਿਹੜੇ ਉਹ ਓਪਨ ਦੇ ਵਿੱਚ ਨਵੇਂ ਐਡ ਹੋਏ ਨੇ। 85 ਨੰਬਰ ਲਾਸਟ ਕੈਂਡੀਡੇਟ ਹੈ ਇਹਦੇ ਵਿੱਚ ਪ੍ਰਿਯੰਕਾ ਗੋਇਲ। 24 ਕੈਂਡੀਡੇਟ ਆ ਜਿਹੜੇ ਸਕਰੂਟਨੀ ਲਈ ਨਵੇਂ ਐਡ ਹੋਇਆ ਓਪਨ ਦੇ ਵਿੱਚ। ਜੇਕਰ ਆਪਾਂ EWS ਦੀ ਗੱਲ ਕਰੀਏ ਤਾਂ EWS ਦੇ ਵਿੱਚ 25 ਨੰਬਰ ਤੋਂ ਲੈ ਕੇ ਲਿਸਟ ਲਾਸਟ 42 ਨੰਬਰ ਤੱਕ ਹੈ। 25 ਨੰਬਰ ਜਿਹੜਾ ਕੈਂਡੀਡੇਟ ਹੈ ਉਹਦੇ 84 ਨੰਬਰ ਨੇ, ਤਾਂ 81 ਨੰਬਰ ਲਾਸਟ ਕੈਂਡੀਡੇਟ ਹੈ ਜਿਹੜਾ ਨਵਾਂ ਐਡ ਹੋਇਆ। ਟੋਟਲ ਇਹਦੇ ਵਿੱਚ 18 ਕੈਂਡੀਡੇਟ ਆ ਜਿਹੜੇ EWS ਦੇ ਵਿੱਚ ਨਵੇਂ ਐਡ ਹੋਏ ਨੇ, ਯਾਨੀ ਕਿ 24 ਕੈਂਡੀਡੇਟ ਹੈਗੇ ਨੇ ਜਰਨਲ ਦੇ ਵਿੱਚ ਓਪਨ ਮੈਟ ਦੇ ਵਿੱਚ, 18 ਕੈਂਡੀਡੇਟਸ ਹੈਗੇ ਨੇ EWS ਦੇ ਵਿੱਚ। ਟੋਟਲ 42 ਕੈਂਡੀਡੇਟ ਇਹਨਾਂ ਦੋਨਾਂ ਕੈਟੇਗਰੀਆਂ ਦੇ ਵਿੱਚ ਹੋ ਚੁੱਕੇ ਨੇ। ਜੇਕਰ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਸੈਕਿੰਡ ਪੇਜ ਦੀ ਤਾਂ ਸੈਕਿੰਡ ਪੇਜ ਦੇ ਵਿੱਚ 81 ਨੰਬਰ ਤੋਂ BC ਕੈਟਾਗਰੀ, ਜਿਹੜੀ BC ਕੈਟਾਗਰੀ ਹੈ ਹੁਣ ਆਪਾਂ ਉਹਦੀ ਗੱਲ ਕਰਾਂਗੇ। 81 ਨੰਬਰ ਤੋਂ ਲੈ ਕੇ ਫਸਟ ਕੈਂਡੀਡੇਟ ਆ ਜਿਹੜਾ, ਇਸ ਤੋਂ ਲੈ ਕੇ 18 ਕੈਂਡੀਡੇਟ ਟੋਟਲ ਜਿਹੜੇ BC ਕੈਟਾਗਰੀ ਹੈ ਉਹਦੇ ਵਿੱਚ ਨਵੇਂ ਐਡ ਹੋਏ ਨੇ। 78 ਨੰਬਰ ਲਾਸਟ ਕੈਂਡੀਡੇਟ ਕੈਂਡੀਡੇਟਸ ਆ ਜੋ 78 ਨੰਬਰ ਜਿਹਦੇ ਹੈਗੇ ਨੇ, ਤਾਂ 18 ਸਟੂਡੈਂਟ BC ਕੈਟਾਗਰੀ ਦੇ ਵਿੱਚ ਐਡ ਹੋਏ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰੀਏ SCRO ਦੀ ਤਾਂ SCRO ਦੇ ਵਿੱਚ 19 ਨੰਬਰ ਕੈਂਡੀਡੇਟ ਜਿਹਦੇ 64 ਨੰਬਰ ਨੇ, ਤਾਂ ਇੱਥੋਂ ਲੈ ਕੇ ਲਾਸਟ ਜੋ ਕੈਂਡੀਡੇਟ ਹੈਗੇ ਨੇ 52 ਨੰਬਰ ਤੱਕ, 19 ਤੋਂ ਲੈ ਕੇ 52 ਨੰਬਰ ਤੱਕ, ਯਾਨੀ ਕਿ 33 ਕੈਂਡੀਡੇਟਸ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ 34 ਜਾਂ 33 ਅਪਰੋਕਸੀਮੇਟ, ਤਾਂ ਲਾਸਟ ਨੰਬਰ ਜੋ ਹੈਗਾ ਇਹਦੇ ਵਿੱਚ 61 ਤੱਕ ਜਿਹੜੀ ਸਕਰੂਟਨੀ ਹੋਈ ਹੈ, ਤਾਂ 34 ਕੈਂਡੀਡੇਟਸ ਟੋਟਲ SCRO ਦੇ ਵਿੱਚ ਐਡ ਹੋਏ ਨੇ। ਫਿਲਹਾਲ ਇਹ 2 ਲਿਸਟਾਂ ਆਪਣੇ ਕੋਲ ਪਹੁੰਚੀਆਂ ਨੇ, 34 ਕੈਂਡੀਡੇਟਸ SCRO ਦੇ, 18 ਕੈਂਡੀਡੇਟਸ BC ਦੇ, 18 ਕੈਂਡੀਡੇਟਸ EWS ਦੇ, ਅਤੇ 24 ਕੈਂਡੀਡੇਟਸ ਨੇ ਜਿਹੜੇ ਓਪਨ ਮੈਟ ਦੇ ਵਿੱਚ ਨਵੇਂ ਐਡ ਹੋਏ ਨੇ। ਤਾਂ ਇਹ ਸਾਰੀ ਇਨਫੋਰਮੇਸ਼ਨ ਸੀਗੀ ਸਾਇੰਸ ਵਿਸ਼ੇ ਨਾਲ ਸੰਬੰਧਿਤ। ਬਾਕੀ ਕੋਈ ਵੀ ਅਪਡੇਟਸ ਆਪਣੇ ਕੋਲ ਆਊਗੀ ਤਾਂ ਆਪਾਂ ਵੀਡੀਓ ਨਾਲ ਤੁਹਾਡੇ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਤੁਸੀਂ ਮਾਸਟਰ ਕੇਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਬਟਨ ਪ੍ਰੈਸ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਆਪਾਂ ਬਹੁਤ ਜਲਦ ਸਾਇੰਸ ਵਿਸ਼ੇ ਦੀ ਜਿਹੜੀ ਮੈਟ ਕਿ ਹੁਣ ਨਵੇਂ ਹਿਸਾਬ ਨਾਲ ਕਿਤਨੀ ਕੁ ਬਣੂਗੀ ਉਹਦੀ ਵੀਡੀਓ ਵੀ ਆਪਾਂ ਬਹੁਤ ਜਲਦ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਪਰ। ਇਸ ਕਰਕੇ ਚੈਨਲ 'ਤੇ ਬਣੇ ਰਹੋ। ਥੈਂਕ ਯੂ ਸੋ ਮੱਚ।